ਹਮੇਸ਼ਾ ਇਹ ਗੱਲਾਂ ਦੇਖੀਆਂ ਗਈਆਂ ਨੇ ਕਿ ਉਦਾਸੀ ਸੰਪਰਦਾਏ ਨੇ ਹੀ, ਬਾਬਾ ਸ਼੍ਰੀ ਚੰਦ ਜੀ ਅਤੇ ਮੁਤਲਿਕ ਸੰਪਰਦਾਏ, ਉਹਨਾਂ ਨੇ ਹੀ ਗੁਰੂ ਨਾਨਕ ਦੇਵ ਜੀ ਦੇ ਸਥਾਨਾਂ ਦੀ ਦੇਖ ਰੇਖ ਕੀਤੀ। ਗੁਰਦੁਆਰਾ ਲਖਪਤ ਸਾਹਿਬ ਦਾ ਇਤਿਹਾਸ ਵੀ ਕੁਝ ਇਸ ਤਰ੍ਹਾਂ ਦਾ ਹੈ ਜਿਹੜਾ ਕਿ ਸਾਨੂੰ ਪਹਿਲੇ ਨਹੀਂ ਪਤਾ ਸੀਗਾ। ਅੱਜ ਆਪ ਜੀ ਨੂੰ ਇੱਕ ਐਸੇ ਬੰਦੇ ਨਾਲ ਅਸੀਂ ਮਿਲਵਾਵਾਂਗੇ ਜਿਹੜਾ ਕਿ ਸਾਨੂੰ ਇਸ ਸਥਾਨ ਦਾ ਅਸਲੀ ਇਤਿਹਾਸ ਦੱਸਣਗੇ। ਜਿਸ ਸਥਾਨ 'ਤੇ ਅਸੀਂ ਇਸ ਵਕਤ ਖਲੋਤੇ ਹੈਗੇ ਹਾਂ, ਇਹ ਉਹ ਪੁਰਾਣਾ ਲਖਪਤ ਸ਼ਹਿਰ ਹੈ ਜਿਹਦੇ ਅੰਦਰ ਜਿਹੜੇ ਪੁਰਾਣੇ ਮਕਾਨ ਨੇ ਉਹ ਤਕਰੀਬਨ 200 ਸਾਲ ਤੋਂ ਲੈ ਕੇ ਅਤੇ 500 ਸਾਲ ਤੱਕ ਪੁਰਾਣੇ ਨੇ। ਆਓ ਸਭ ਤੋਂ ਪਹਿਲੇ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਕਰਾਉਣੇ ਹੈਗੇ ਹਾਂ ਜਿਹੜਾ ਕਿ ਇਹ ਲਖਪਤ ਪੁਰਾਣਾ ਸ਼ਹਿਰ ਹੈ, ਅਤੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਪੁਰਾਣੇ ਮਕਾਨ ਇਸ ਕਿਲ੍ਹੇ ਦੀ ਦੀਵਾਰ ਦੇ ਅੰਦਰ ਹਲੇ ਵੀ ਕਾਇਮ ਨੇ। ਰਨ ਆਫ ਕੱਚ ਦੇ ਕੰਢੇ ਵਸਿਆ ਹੋਇਆ ਇੱਕ ਪੂਰਾ ਪਿਸਰਿਆ ਪੁਰਾਣਾ ਸ਼ਹਿਰ ਲਖਪਤ, ਜਿਹੜਾ ਕਿ ਕਿਸੇ ਜ਼ਮਾਨੇ ਵਿੱਚ ਇੱਕ ਬੰਦਰਗਾਹ ਯਾਨੀ ਕਿ ਪੋਰਟ ਸਿਟੀ ਹੋਇਆ ਕਰਦਾ ਸੀਗਾ, ਅੱਜ ਇਹ ਕੋਸਟ ਟਾਊਨ ਯਾਨੀ ਕਿ ਭੂਤਿਆ ਸ਼ਹਿਰ ਦੇ ਨਾਂ 'ਤੇ ਜਾਣਿਆ ਜਾਂਦਾ ਹੈ। ਇੱਥੇ ਦਾ ਇਤਿਹਾਸ ਦੱਸਣ ਵਾਸਤੇ ਕੁਛ ਇਮਾਰਤਾਂ ਪੁਰਾਣੀਆਂ ਅੱਜ ਵੀ ਖਲੋਤੀਆਂ ਨੇ ਜਿਹੜੀ ਕਿ ਖੰਡਰ ਬਣ ਚੁੱਕੀਆਂ ਨੇ। ਇਸ ਦਰਗਾਹ ਨੂੰ ਪੀਰ ਕਮਾਲ ਖਾਂ ਦੀ ਦਰਗਾਹ ਦੇ ਨਾਂ ਤੋਂ ਜਾਣਿਆ ਜਾਂਦਾ ਹੈਗਾ। ਐਸਾ ਆਖਿਆ ਜਾਂਦਾ ਹੈਗਾ ਕਿ ਪੀਰ ਸਾਹਿਬ ਮਾਂਡਵੀ ਬੰਦਰਗਾਹ ਦੇ ਨਜ਼ਦੀਕ ਕੋਖਲਿਆ ਗਾਉਂ ਦੇ ਵਿੱਚ ਰਹਿੰਦੇ ਸੀਗੇ। ਉਹਨਾਂ ਨੇ ਇਹ ਇੱਛਾ ਜ਼ਾਹਿਰ ਕੀਤੀ ਸੀ ਕਿ ਮਰਨ ਤੋਂ ਬਾਅਦ ਉਹਨਾਂ ਦੀ ਸਮਾਧੀ ਇਸ ਲਖਪਤ ਵਿੱਚ ਹੀ ਬਣੇ। ਅੱਜ ਉਹਨਾਂ ਦੀ ਇਸ ਦਰਗਾਹ ਨੂੰ ਪਠਾਨ ਸਮੁਦਾਇ ਦਾ ਇੱਕ ਪਰਿਵਾਰ ਉਹਦੀ ਦੇਖਭਾਲ ਕਰਦਾ ਹੈ, ਐਸਾ ਸਾਨੂੰ ਉੱਥੇ ਲੋਕਾਂ ਨੇ ਦੱਸਿਆ। ਜਿਸ ਗੁੰਬਦਨੁਮਾ ਇਮਾਰਤ ਨੂੰ ਆਪ ਵੀ ਦੇਖ ਰਹੇ ਹੋ ਉਸਨੂੰ ਪੀਰ ਗੌਸ਼ ਮੁਹੰਮਦ ਦਾ ਮਕਬਰਾ ਆਖਿਆ ਜਾਂਦਾ ਹੈ। ਇਸ ਮਕਬਰੇ ਨੂੰ ਕੂਬੋ ਟੂਮ ਦੇ ਨਾਮ 'ਤੇ ਵੀ ਜਾਣਿਆ ਜਾਂਦਾ ਹੈ, ਜਿਹਨੂੰ ਪੀਰ ਗੌਸ਼ ਮੁਹੰਮਦ ਨੇ ਇੱਕ ਤਲਾਬ ਦੇ ਨਾਲ ਬਣਵਾਇਆ ਸੀ। ਇਹ ਤਲਾਬ ਸਾਧਾਰਨ ਤਲਾਬ ਨਹੀਂ ਹੈ ਜਿਹੜਾ ਕਿ ਹੁਣ ਸੁੱਕ ਚੁੱਕਿਆ ਹੈ। ਲੋਕਾਂ ਦਾ ਮੰਨਣਾ ਸੀ ਇਹਦੇ ਅੰਦਰ ਇੱਕ ਦੈਵਿਕ ਸ਼ਕਤੀ ਹੁੰਦੀ ਸੀ ਅਤੇ ਇੱਥੇ ਦੇ ਪਾਣੀ ਪੀਣ ਨਾਲ ਲੋਕਾਂ ਦੇ ਕਸ਼ਟ ਦੂਰ ਹੋ ਜਾਇਆ ਕਰਦੇ ਸੀਗੇ। ਮਕਬਰੇ ਦੀ ਜਿਹੜੀ ਆਰਕੀਟੈਕਚਰ ਹੈ ਉਹ ਬਲੈਕ ਕਲਰ ਦੇ ਨਾਲ ਮਿਕਸ ਕਰਕੇ ਬਣਾ ਹੋਇਆ ਹੈ ਅਤੇ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਚੰਗਾ ਦੇਖਣ ਨੂੰ ਮਿਲਦਾ ਹੈਗਾ। ਇੱਥੇ ਦੇ ਲੋਕਾਂ ਦਾ ਕਹਿਣਾ ਹੈਗਾ ਕਿ ਉਸ ਜ਼ਮਾਨੇ ਦੇ ਅੰਦਰ ਲੋਕਾਂ ਦੀ ਰੂਹ ਸਾਫ਼ ਹੋਇਆ ਕਰਦੀ ਸੀ ਅਤੇ ਨਜ਼ਰ ਪਾਕ ਹੋਇਆ ਕਰਦੀ ਸੀ। ਅੱਜ ਦੇ ਦੌਰ ਵਿੱਚ ਇੰਨੀ ਖੂਬਸੂਰਤ ਇਮਾਰਤ ਹੁਣ ਨਹੀਂ ਬਣਾਈ ਜਾ ਸਕਦੀ। ਮੈਂ ਲਖਪਤ ਪਿਛਲੇ 20 ਸਾਲੋਂ ਮੈਂ ਕਮ ਸੇ ਕਮ 5 ਦਫੇ ਆਇਆ ਹੂੰ, ਲੇਕਿਨ ਲਖਪਤ ਕਾ ਇਹ ਪੁਰਾਣਾ ਸ਼ਹਿਰ ਜੋ ਕਿਲ੍ਹੇ ਕੇ ਅੰਦਰ ਹੈ ਇਸਕੋ ਦੇਖਣੇ ਕਾ ਸੌਭਾਗ ਸ਼ਾਇਦ ਪਹਿਲੀ ਦਫਾ ਮਿਲਾ। ਯਹਾਂ ਪਰ ਆ ਕੇ 700 ਸੇ 800 ਸਾਲ ਪੁਰਾਣਾ ਇਤਿਹਾਸ ਜਬ ਆਪ ਦੇਖਤੇ ਹੈ ਵੋ ਪੁਰਾਣੀ ਬਿਲਡਿੰਗੇ, ਐਸਾ ਲਗਤਾ ਹੈ ਕਿ ਜੈਸੇ ਉਹ ਕੱਲ ਕੀ ਬਾਤ ਹੋ। ਜਿਸ ਜਗ੍ਹਾ ਪਰ ਹਮ ਖੜੇ ਹੈ ਇਸਕਾ ਨਾਮ ਹੈ ਅਕਬਾਨੀ ਮਹਿਲ, ਔਰ ਯਹਾਂ ਪਰ ਇੱਕ ਪਾਰਲੀਮੈਂਟ ਹਾਊਸ ਔਰ ਇੱਕ ਕਸਟਮ ਹਾਊਸ ਔਰ ਨਾ ਜਾਣੇ ਐਸੀ ਕਿਤਨੀ ਸਾਰੀ ਚੀਜ਼ੇ ਹੈ ਜੋ ਪੁਰਾਣਾ ਇਤਿਹਾਸ ਆਪਕੋ ਬਤਾਤੀ ਹੈ। ਇਸ ਪੁਰਾਣੀ ਬਿਲਡਿੰਗ ਨੂੰ ਅਕਬਾਨੀ ਮਹਿਲ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਅਕਬਾਨੀ ਪਰਿਵਾਰ ਵੀ ਲਖਪਤ ਸ਼ਹਿਰ ਦਾ ਬਹੁਤ ਹੀ ਇਨਫਲੂਐਂਸ਼ਲ ਅਤੇ ਬਹੁਤ ਹੀ ਸਮਰੱਧ ਅਤੇ ਪ੍ਰਭਾਵਸ਼ਾਲੀ ਪਰਿਵਾਰ ਸੀ। ਇਸ ਅਕਬਾਨੀ ਪਰਿਵਾਰ ਦੇ ਬਾਰੇ ਵਿੱਚ ਇੱਕ ਕਹਾਵਤ ਮਸ਼ਹੂਰ ਹੈ ਜਿਹੜੇ ਕਿ ਸਥਾਨੀ ਲੋਕ ਕਹਿੰਦੇ ਨੇ ਆਪਣੀ ਜ਼ਬਾਨ ਦੇ ਅੰਦਰ, ਜਾਂ ਤੋ ਅੱਲਾ ਜੋ ਆਸਰਾ ਜਾਂ ਤੋ ਅਕਬਾਨੀ ਜੋ, ਜਿਹਦਾ ਅਰਥ ਹੈਗਾ ਕਿ ਜਾਂ ਤਾਂ ਭਗਵਾਨ ਦਾ ਆਸਰਾ ਹੈ ਜਾਂ ਅਕਬਾਨੀ ਪਰਿਵਾਰ ਦਾ, ਜਿਹੜੀ ਕਿ ਲੋਕਾਂ ਦੀ ਮਦਦ ਕਰਨ ਵਾਸਤੇ ਮੁਸ਼ਕਿਲ ਸਮੇਂ ਦੇ ਅੰਦਰ ਸਾਹਮਣੇ ਆਉਂਦਾ ਹੈ। ਲਖਪਤ ਦੇ ਸਭ ਤੋਂ ਧਨੀ ਅਤੇ ਉਦਾਰ ਪਰਿਵਾਰਾਂ ਵਿੱਚੋਂ ਇੱਕ ਉਹ ਅਕਬਾਨੀ ਪਰਿਵਾਰ ਇਸ ਘਰ ਦਾ ਮਾਲਕ ਸੀ ਜਿਹਨੂੰ ਹੁਣ ਅਕਬਾਨੀ ਮਹਿਲ ਦੇ ਨਾਂ ਤੋਂ ਜਾਣਿਆ ਜਾਂਦਾ ਸੀਗਾ। ਤੁਸੀਂ ਵੇਖ ਸਕਦੇ ਹੈਗੇ ਹੋ ਕਿ ਇਹ ਖੰਡਰ ਰੂਪ ਦੇ ਵਿੱਚ ਪਰਿਵਰਤਿਤ ਇਹ ਪੁਰਾਣੀ ਇਮਾਰਤ ਅੱਜ ਵੀ ਆਪਣੀ ਕਹਾਣੀ ਆਪ ਬਿਆਨ ਕਰਦੀ ਪਈ ਹੈ। ਇਸ ਬਿਲਡਿੰਗ ਨੂੰ ਪਾਰਲੀਮੈਂਟ ਹਾਊਸ ਜਾਂ ਪਸਮ ਵਾਲਾ ਹਾਊਸ ਵੀ ਕਹਿੰਦੇ ਨੇ, ਜਿਹਦੇ ਕਿ ਮਾਲਕ ਭਾਟੀਆ ਪਰਿਵਾਰ ਹੋਇਆ ਕਰਦੇ ਸੀਗੇ। ਉਸ ਜ਼ਮਾਨੇ ਦੇ ਅੰਦਰ ਭਾਟੀਆ ਪਰਿਵਾਰ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਪਰਿਵਾਰ ਸੀਗਾ ਅਤੇ ਇਸ ਸਥਾਨ ਦੇ ਉੱਤੇ ਜਿਹੜੇ ਲੋਕ ਆਪਣਾ ਕਸਟਮ ਕਲੀਅਰੈਂਸ ਕਰਾਉਣ ਵਾਸਤੇ ਆਉਂਦੇ ਸੀ ਅਤੇ ਉਹਨਾਂ ਦੇ ਡਿਸਪਿਊਟਸ ਨੂੰ ਜਾਂ ਉਹਨਾਂ ਦੀ ਪਰੇਸ਼ਾਨੀਆਂ ਨੂੰ ਹੱਲ ਕਰਨ ਵਾਸਤੇ ਇਹ ਪਾਰਲੀਮੈਂਟ ਹਾਊਸ ਬਣਾਇਆ ਗਿਆ ਸੀਗਾ, ਜਿਹਦੇ ਅੰਦਰ ਭਾਟੀਆ ਫੈਮਿਲੀ ਉਹਨਾਂ ਦੇ ਸਾਰੇ ਪੇਪਰ ਵਰਕ ਕਰਦੀ ਸੀ ਅਤੇ ਉਹਨਾਂ ਦਾ ਅਤੇ ਕਸਟਮ ਹਾਊਸ ਦੇ ਅੰਦਰ ਜਿਹੜਾ ਤਾਲਮੇਲ ਸੀਗਾ ਉਹਨੂੰ ਬਿਠਾਉਣ ਦਾ ਕੰਮ ਕਰਦੀ ਸੀ, ਐਸਾ ਲੋਕ ਦੱਸਦੇ ਨੇ। ਇਹ ਪੁਰਾਣੀ ਬਿਲਡਿੰਗ ਜਿਸਨੂੰ ਆਪ ਜੀ ਦੇਖ ਰਹੇ ਹੈਗੇ ਹੋ ਇਸ ਨੂੰ ਕਸਟਮ ਹਾਊਸ ਦੇ ਨਾਤੇ ਜਾਣਿਆ ਜਾਂਦਾ ਹੈਗਾ। ਬੰਦਰਗਾਹ ਹੋਣ ਦੇ ਨਾਤੇ ਇੱਥੇ ਦੇਸ਼ ਵਿਦੇਸ਼ਾਂ ਤੋਂ ਸਮਾਨ ਉਤਰਿਆ ਕਰਦਾ ਸੀਗਾ, ਜਿਹਦੀ ਕਿ ਕਸਟਮ ਡਿਊਟੀ ਦੇਣ ਵਾਸਤੇ ਇਹ ਸਥਾਨ ਬਣਾਇਆ ਗਿਆ ਸੀਗਾ। ਇੱਥੇ ਪੁਰਾਣੇ ਸਮੇਂ ਦੇ ਅੰਦਰ ਜਿੱਥੇ ਅਧਿਕਾਰੀ ਹੁੰਦੇ ਸੀ ਉਹ ਬੈਠਦੇ ਸੀਗੇ
ਅਤੇ ਲੋਕ ਇੱਥੇ ਆ ਕੇ ਆਪਣੀ ਕਸਟਮ ਡਿਊਟੀ ਪੇ ਕਰਿਆ ਕਰਦੇ ਸੀਗੇ। ਇੱਥੋਂ ਮਾਲ ਦਾ ਡਿਸਟ੍ਰੀਬਿਊਸ਼ਨ ਜਿਹੜਾ ਕਿ ਸਮਾਨ ਬਾਹਰੋਂ ਆਉਂਦਾ ਸੀਗਾ ਉਹ ਥੋਕ ਵਪਾਰੀਆਂ ਨੂੰ ਇੱਥੋਂ ਹੀ ਉਹਦਾ ਡਿਸਟ੍ਰੀਬਿਊਸ਼ਨ ਕੀਤਾ ਜਾਂਦਾ ਸੀਗਾ ਅਤੇ ਲੋਕ ਆਪਣੇ ਸਮਾਨ ਲਿਆਉਣ ਵਾਸਤੇ ਉੱਠ ਅਤੇ ਹੋਰ ਜਿਹੜੇ ਬੈਲ ਗੱਡੀਆਂ ਹੁੰਦੀਆਂ ਸੀਗੀਆਂ ਉਹ ਉੱਥੇ ਲੈ ਕੇ ਆਉਂਦੇ ਸੀਗੇ ਅਤੇ ਇੱਥੋਂ ਹੀ ਲੋਡ ਕਰਕੇ ਉਹ ਸਮਾਨ ਲੈ ਕੇ ਜਾਇਆ ਕਰਦੇ ਸੀ। ਐਸਾ ਸਾਨੂੰ ਇਤਿਹਾਸ ਤੋਂ ਪਤਾ ਲੱਗਿਆ। ਗੁਰਦੁਆਰਾ ਲਖਪਤ ਸਾਹਿਬ ਦੇ ਅਸਲ ਇਤਿਹਾਸ ਦੀ ਖੋਜ ਕਰਦੇ ਕਰਦੇ ਹੁਣ ਅਸੀਂ ਆ ਪੁੱਜੇ ਆ ਗਏ ਉਸ ਸਥਾਨ ਦੇ ਉੱਤੇ ਜਿਹੜਾ ਕਿ ਠੀਕ ਗੁਰਦੁਆਰਾ ਸਾਹਿਬ ਦੀ ਬਾਉਂਡਰੀ ਨਾਲ ਲੱਗਦਾ ਪਿਆ ਇੱਕ ਐਸਾ ਘਰ ਜਿਹੜਾ ਕਿ ਤਕਰੀਬਨ 200 ਸਾਲ ਤੋਂ ਲੈ ਕੇ 500 ਸਾਲ ਤੱਕ ਪੁਰਾਣੇ ਦੋ ਮਕਾਨ ਜਿੱਥੇ ਅਸੀਂ ਇਸ ਵਕਤ ਖਲੋਤੇ ਹੈਗੇ ਹਾਂ, ਜਿਨ੍ਹਾਂ ਨੇ ਆਪ ਖੁਦ ਅਤੇ ਉਹਨਾਂ ਦੇ ਪਰਿਵਾਰ ਨੇ ਪਿਛਲੀ 10 ਪੁਸ਼ਤਾਂ ਤੋਂ ਗੁਰਦੁਆਰਾ ਲਖਪਤ ਸਾਹਿਬ ਦਾ ਜਿਹੜਾ ਸਥਾਨ ਹੈ ਉਹਦੀ ਸੇਵਾ ਕੀਤੀ। ਆਓ ਉਸ ਸੱਜਣ ਪੁਰਸ਼ ਨੂੰ ਮਿਲਦੇ ਹਾਂ ਅਤੇ ਉਹਨਾਂ ਕੋਲੋਂ ਇਸ ਗੁਰਦੁਆਰਾ ਸਾਹਿਬ ਦਾ ਅਸਲ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਨੇ ਆ। ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ, ਤਨ ਨਾਨਕ ਤੇਰੀ ਵੱਡੀ ਕਮਾਈ, ਤਨ ਨਾਨਕ ਤੇਰੀ ਵੱਡੀ ਕਮਾਈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਲੋ ਪਵਨ ਚਬ ਰੋਕਰ, ਸਗਲ ਬਨ ਰਾਏ ਫੁਲੰਤ ਜੋਤੀ। ਅੱਜ ਇਸ ਸਥਾਨ ਤੇ ਅਸੀਂ ਬੈਠੇ ਹੈਗੇ ਹਾਂ, ਇਹ ਸਥਾਨ ਹੈਗਾ ਤਕਰੀਬਨ 150 ਸਾਲ ਪੁਰਾਣਾ ਜਿਸ ਮਕਾਨ ਵਿੱਚ ਅਸੀਂ ਬੈਠੇ ਹੈਗੇ ਹਾਂ, ਅਤੇ ਇਹਦੇ ਨਾਲ ਵਾਲਾ ਮਕਾਨ ਉਹ ਤਕਰੀਬਨ 500 ਸਾਲ ਪੁਰਾਣਾ ਹੈ। ਐਸਾ ਸਾਨੂੰ ਇੱਥੇ ਆ ਕੇ ਪਤਾ ਲੱਗਿਆ। ਅਤੇ ਮੇਰੇ ਨਾਲ ਬੈਠੇ ਨੇ ਇਸ ਵਕਤ ਭਾਈ ਸਾਹਿਬ ਸੁਰੇਸ਼ ਕੁਮਾਰ ਜੀ, ਜਿਹੜੇ ਕਿ ਉਦਾਸੀ ਪਰੰਪਰਾ ਦੇ ਵਿੱਚੋਂ ਆਉਂਦੇ ਨੇ ਅਤੇ ਇਹ ਉਹਨਾਂ ਦੀ 10ਵੀਂ ਪੁਸ਼ਤ ਹੈ, ਅਤੇ ਉਹਨਾਂ ਨੇ ਹੀ ਗੁਰਦੁਆਰਾ ਲਖਪਤ ਸਾਹਿਬ ਦਾ ਜਿਹੜਾ ਪੁਰਾਤਨ ਸਥਾਨ ਸੀਗਾ ਉਹਨਾਂ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਉਸ ਸਥਾਨ ਦੀ ਦੇਖ ਰੇਖ ਕੀਤੀ। ਉਸ ਸਥਾਨ 'ਤੇ ਕਿਸੇ ਜ਼ਮਾਨੇ ਦੇ ਅੰਦਰ ਉਦਾਸੀ ਸੰਪਰਦਾਇ ਦਾ ਇੱਕ ਡੇਰਾ ਹੋਇਆ ਕਰਦਾ ਸੀ ਅਤੇ ਜਿਹਦੀ ਪੂਜਾ ਉਦਾਸੀ ਸੰਪਰਦਾਇ ਦੇ ਹਿਸਾਬ ਨਾਲ ਕੀਤੀ ਜਾਂਦੀ ਸੀ। ਉੱਥੇ ਮਹਾਰਾਜ ਦਾ ਸਰੂਪ ਵੀ ਸੀ। ਉਪਰੰਤ ਕੁਛ ਸਮੇਂ ਪਹਿਲੇ ਇਹ ਸਥਾਨ ਇਹਨਾਂ ਨੇ ਹੈਂਡਓਵਰ ਕੀਤਾ ਗੁਰਦੁਆਰਾ ਸਾਹਿਬ ਨੂੰ, ਕਿਉਂਕਿ ਇੱਥੇ ਉਹਨਾਂ ਦੀ ਖੁਣਾਵਾਂ ਵੀ ਪਈਆਂ ਸੀ ਅਤੇ ਇੱਥੇ ਗੁਰੂ ਨਾਨਕ ਦੇਵ ਜੀ ਦੇ ਆਉਣ ਦਾ ਇਤਿਹਾਸ ਵੀ ਸੀ। ਸਭ ਤੋਂ ਪਹਿਲੇ ਇਸ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਕਿ ਆਪ ਲੋਕੋ ਨੇ ਇਸ ਸਥਾਨ ਕੀ ਦੇਖ ਰੇਖ ਕੀ। ਇਹ ਉਹ ਸਥਾਨ ਹੈ ਜੋ ਗੁਰੂ ਨਾਨਕ ਦੇਵ ਜੀ ਕੀ ਚਰਨ ਛੋਹ ਪ੍ਰਾਪਤ, ਜਹਾਂ ਪਰ ਉਨਕੀ ਖੁਣਾਵੇਂ ਪਣੀ ਹੈ ਔਰ ਆਪਕੇ ਗੁਰੂ ਕੀ ਵੀ ਖੁਣਾਵੇਂ ਪੜੀ ਹੋਈ ਹੈ। ਹਾਂ, ਭਗੀਰਥ ਜੀ ਕੀ, ਭਗੀਰਥ ਜੀ ਕੀ, ਤੋ ਆਪਕਾ ਬਹੁਤ ਬਹੁਤ ਧੰਨਵਾਦ। ਲਖਪਤ ਕੀ ਤੋ ਪਹਿਲੇ ਬਹੁਤ ਜਾਓ ਜਲਾਲੀ ਥੀ ਔਰ ਲਖਪਤ ਇਹ ਜੋ ਇੱਕ ਕਟੇਸ਼ਵਰ ਭੂਮੀ ਹੈ, ਕਟੇਸ਼ਵਰ ਸੇ ਕੋਟੇਸ਼ਵਰ ਨਾਰਾਇਣਸਵਰ ਤੱਕ, ਇਹ ਕਹਿੰਦੇ ਹੈ ਕਿ ਅਲਾ ਓਲੀਆ ਸੰਤ ਪੀਰੋਂ ਫਕੀਰੋਂ ਕੀ ਭੂਮੀ ਹੈ ਔਰ ਜੈਸੇ ਬਜ਼ੁਰਗੋਂ ਸੇ ਵੀ ਸੁਣਾ ਹੈ। ਯਹਾਂ ਪਰ ਸ਼ੁਰੂ ਮੈਂ ਹਮਾਰੇ ਜੋ ਪਹਿਲੇ ਹਿੰਦੁਸਤਾਨ ਪਾਕਿਸਤਾਨ ਨਹੀਂ ਥਾ, ਜਬ ਨਨਕਾਣਾ ਸੇ ਹਮਾਰੇ ਪਰਿਵਾਰ ਕਾ ਸੰਬੰਧ ਰਹਾ ਹੈ। ਮੱਥਾ ਟੇਕਣੇ ਜਾਤੇ ਥੇ, ਹਮਾਰੇ ਸਿੰਘ ਸ਼ਿਕਾਰਪੁਰ ਜਾਗੀਰੀਆਂ ਥੀ, ਬਦੀਨ ਹਮਾਰੇ ਅਧਿਅਕਸ ਥੇ ਔਰ ਮੇਰੇ ਦਾਦਾ ਕੇ ਜੋ ਫਾਦਰ ਥੇ ਉਹ ਜੱਜ ਥੇ, ਬੈਰਿਸਟਰ, ਔਰ ਹਮਾਰਾ ਪਰਿਵਾਰ ਯਹਾਂ ਉਨ ਕਦਮੋਂ ਪਰ ਆਇਆ ਜੋ ਬਜ਼ੁਰਗ ਹਮਾਰੇ ਸੰਤ ਭਗੀਰਥ ਜੀ ਮਹਾਰਾਜ ਜੋ ਸਤਸੰਗ ਕਰਦੇ ਥੇ, ਉਹਨੇ ਨਗਰ ਠੱਠਾ ਮੈਂ ਸ੍ਰੀਚੰਦ ਜੀ ਸੇ ਵੀ ਸਤਸੰਗ ਕੀਆ ਔਰ ਉਨਕੋ ਇਹ ਭੂਮੀ ਲਖਪਤ ਕੀ ਜਾਓ ਜਲਾਲੀ ਬਹੁਤ ਆਧਿਆਤਮਿਕ ਔਰ ਸੁੰਦਰ ਲੱਗੀ ਔਰ ਨਾਰਾਇਣਸਰ ਤੀਰਥ ਸੇ ਹੋ ਕੇ ਇਹਨੇ ਲਖਪਤ ਕੋ ਪਸੰਦ ਕੀਆ ਤੋ ਯਹਾਂ ਪਰ ਕੱਚੀ ਮਿੱਟੀ ਕਾ ਝੋਂਪੜਾ, ਉਸਮੇ ਸ਼ਿਵ ਭਗਤੀ, ਗਾਇਤਰੀ ਔਰ ਗੁਰੂ ਭਗਤੀ, ਗੁਰੂ ਨਾਨਕ ਦੇਵ ਜੀ, ਬਾਬਾ ਸ੍ਰੀਚੰਦ ਜੀ ਕੀ ਉਹਨੇ ਇਹ ਭਗਤੀ ਕਰਦੇ ਥੇ, ਉਹ ਜੋ ਹਮਾਰੇ ਬਜ਼ੁਰਗ ਆਏ ਉਹਨੇ ਸਥਾਪਿਤ ਕੀਆ ਕੱਚੀ ਮਿੱਟੀ ਕਾ ਝੋਂਪੜਾ। ਤੋ ਆਪਕੇ ਬਜ਼ੁਰਗ ਕਬ ਆਏ ਯਹਾਂ? ਹਮਾਰੇ ਬਜ਼ੁਰਗ ਤੋ 500 ਸਾਲ ਸੇ, ਮਤਲਬ ਕਿ ਜੋ ਬਜ਼ੁਰਗ ਥੇ ਉਹ 500 ਸਾਲ ਸੇ ਉੱਪਰ ਆਏ, ਕਿਉਂ ਕਿ ਭਗੀਰਥ ਜੀ ਤੋ ਗੁਰੂ ਨਾਨਕ ਦੇਵ ਜੀ ਕੇ ਸਾਥ ਵੀ ਸਤਸੰਗ ਕੀਆ ਥਾ। ਹਾਂ, ਯਹਾਂ ਪਰ ਤਿੰਨ ਉਦਾਸੀਓ ਕੇ ਸਥਾਨ ਥੇ, ਇੱਕ ਟਿੱਕਿਆ ਵਾਲਾ ਉਹ ਬਹੁਤ ਪੁਰਾਣਾ ਜਹਾਂ ਸੇ ਗੁਰੂ ਨਾਨਕ ਦੇਵ ਜੀ ਕੀ ਖੜਾ ਇੱਧਰ ਰੱਖੀ ਗਈ।
पहले जो टिकिया वाला स्थान था, हाँ, तो वहाँ पर पहले खड़ा हुआ, वहाँ पर स्थापित गुरु नानक देव जी की वहाँ खड़ा स्थापित थी। उसके बाद वो जर्जरित हो गया। एक बीच में आता है सिंधियों का, वो एक मनकानी परिवार करके इस स्थान पे आई कम से कम 200 साल। और उससे पहले वहाँ पर पड़ी, वहाँ पर थी। उस स्थान पे कितने साल पड़ी रही? उस स्थान में ऐसे पड़ी रही, पूजा होती थी, उदासी करते थे, जो सत्संग किया था। तो वो कितने साल पुराना? तो वो पुराना अभी बताइए कि गुरु नानक देव जी का यहाँ खड़ा है थी तो 500 साल से तो गुरु नानक देव जी को ऊपर हो गया। और यहाँ पर लखपत का क्या इतिहास है? यहाँ पर काफी मैंने देखा है, वहाँ पर पार्लियामेंट हाउस है, और वो जो बड़ी बड़ी पेढ़ियाँ थी, व्यापारी थे। तो हिंदुस्तान पाकिस्तान के बाद लोगों का धंधा, पहले तो सिंधु की शाखाएं बंद हुई, तो धीरे धीरे इसकी पड़ती होती रही। क्यों? मबलक चावल की पैदाश होती थी, आवक थी, और फिर हिंदुस्तान पाकिस्तान के बाद तो बिल्कुल खत्म हो गया। पर ये स्थान लखपत जो है, ये तो हिंदुस्तान पाकिस्तान बनने से पहले का है तो स्थान? हाँ बिल्कुल, उदासियों का स्थान भी पहले का है। और यहाँ पर जो ये जितने भी पार्लियामेंट हाउस और ये सब चीज बने, ये कितने साल पुरानी है? ये सब हिंदुस्तान से पहले है। ये सब पहले, हाँ, पहले यहाँ रहते थे, बड़ी बड़ी पेढ़ियाँ रहती थी। लखपत, लख मतलब लाख, पत मतलब उपज, जिसकी कस्टम ड्यूटी लाखों रुपया दी जाती थी उस जमाने में। तो उस वक्त तो कहाँ कहाँ के, दूर दूर के विदेश की भी पेढ़ियाँ यहाँ थी। अच्छा। हाँ, और बड़े बड़े पेढ़ियाँ व्यापारी थे। हिंदुस्तान पाकिस्तान के बाद बंदरी व्यापार खत्म हुआ और फिर धीरे धीरे अपने धंधे के लिए तो चले गए। यहाँ पर एक पोर्ट भी था पहले लखपत पे, हाँ, बंदरगाह था, बिस्ता बंदर था, बिस्ता बंदर और बिबिदुला बंदर था। तो कितना दूर था यहाँ? यहाँ से अभी बिस्ता बंदर तो आगे है, यहाँ से 3 किलोमीटर है, 2-3 किलोमीटर। तो अभी भी पोर्ट है? पोर्ट नहीं है, मगर वहाँ धक्का है, आर्मी बैठी है वहाँ पर। अच्छा। और वहाँ पर बिबिदुला वो अभी भी है, जगह है, एक बीबी और दुल्ला का मकबरा है। तो गुरु नानक देव जी इसी स्थान से होके गए थे मक्का मदीना? गुरु नानक देव जी यहाँ से गए थे कि ये इतिहास का तो कहते हैं गुरु नानक देव जी मक्का मदीना गए तो यहाँ से गए हैं, मगर इसका मेरे पास कोई हस्तलिखित में या उसमें, हाँ, कोई उल्लेख आपने सुना, अपने बाप दादा सुना है, हाँ। और गुरुद्वारा के लिए जमीन के लिए बोला कि इधर नया गुरुद्वारा सब बनाएंगे तो आप जमीन दो, तो बगल में हमने जमीन लिखित में दिया जी। ਸਾਡੇ ਨਾਲ ਸੀਗੇ ਭਾਈ ਸਾਹਿਬ ਭਾਈ ਸੁਰੇਸ਼ ਕੁਮਾਰ ਜੀ, ਜਿਹੜੇ ਕਿ ਸਿੰਧੀ ਸਮਾਜ ਨੂੰ ਬਿਲੋਂਗ ਕਰਦੇ ਨੇ ਅਤੇ ਉਦਾਸੀ ਸੰਪਰਦਾਇ ਨੂੰ ਮੰਨਣ ਵਾਲੇ ਨੇ। ਇਸ ਸਥਾਨ ਦੀ ਸੇਵਾ ਉਹਨਾਂ ਨੇ ਅਤੇ ਉਹਨਾਂ ਦੇ ਪਰਿਵਾਰ ਨੇ ਕਾਫੀ ਦਸ਼ਕਾਂ ਤੋਂ ਕੀਤੀ, ਅਤੇ ਜਿਹਦਾ ਆਪ ਜੀ ਨੇ ਇਹਨਾਂ ਕੋਲ ਸਾਰਾ ਇਤਿਹਾਸ ਸੁਣਿਆ ਵੀ ਅਤੇ ਸਮਝਿਆ ਵੀ। ਹਮੇਸ਼ਾ ਮੈਂ ਦੇਖਿਆ ਕਿ ਜਿੱਥੇ ਜਿੱਥੇ ਵੀ ਉਦਾਸੀ ਸੰਪਰਦਾਇ ਦੇ ਡੇਰੇ ਸੀਗੇ ਬਾਬਾ ਸ਼੍ਰੀ ਚੰਦ ਜੀ ਦੇ, ਉਹਨਾਂ ਦਾ ਇਤਿਹਾਸ ਗੁਰੂ ਨਾਨਕ ਦੇਵ ਜੀ ਨਾਲ ਮਿਲਦਾ ਹੈ ਅਤੇ ਉੱਥੋਂ ਹੀ ਸਾਨੂੰ ਟ੍ਰੇਸਿਸ ਮਿਲੇ ਨੇ। ਅਤੇ ਸਭ ਤੋਂ ਪਹਿਲੇ ਤਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੋ ਇਹਨਾਂ ਨੇ ਇਸ ਸਥਾਨ ਦੀ ਦੇਖ ਰੇਖ ਕੀਤੀ ਅਤੇ ਬਾਬਾ ਜੀ ਦੀ ਜਿਹੜੀ ਸਾਹਿਬ ਸ਼੍ਰੀ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਖੜਾਵਾਂ ਸੀਗੀਆਂ ਉਹਦੀ ਸੇਵਾ ਸੰਭਾਲ ਕੀਤੀ। ਗੁਰਦੁਆਰਾ ਸਾਹਿਬ ਵਿੱਚ ਆਪ ਜੀ ਨੇ ਜਿਹੜੀ 2 ਖੜਾਵਾਂ ਸਾਹਿਬ ਦੇ ਦਰਸ਼ਨ ਕੀਤੇ, ਉਹਦੇ ਅੰਦਰ 1 ਖੜਾਵਾਂ ਜਿਹੜੀਆਂ ਨੇ ਉਹ ਬਾਬਾ ਸ਼੍ਰੀ ਚੰਦ ਜੀ ਦੇ ਬਾਰੇ ਦੱਸਿਆ ਜਾਂਦਾ ਸੀਗਾ, ਉਹ ਐਕਚੁਅਲੀ ਬਾਬਾ ਸ਼੍ਰੀ ਚੰਦ ਜੀ ਦੀ ਨਹੀਂ ਹੈਗੀਆਂ, ਉਹ ਇਹਨਾਂ ਦੇ ਜਿਹੜੇ ਧਰਮ ਗੁਰੂ ਨੇ ਬਾਬਾ ਫਕੀਰਤ ਜੀ ਦੀ ਉਹਨਾਂ ਦੀਆਂ ਨੇ, ਅਤੇ ਦੂਸਰੀ ਜਿਹੜੀਆਂ ਹੈਗੀਆਂ ਜਿਹੜੀ ਛੋਟੀ ਖੜਾਵਾਂ ਸੀਗੀਆਂ ਉਹ ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਸੀਗੀਆਂ। ਸਾਹਿਬ ਸ਼੍ਰੀ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਉਹ ਖੜਾਵਾਂ ਜੀ ਦੇ ਆਪਣੇ ਦਰਸ਼ਨ ਕੀਤੇ, ਇਸ ਸਥਾਨ 'ਤੇ ਸੁਸ਼ੋਭਿਤ ਹੈਗੀਆਂ। ਮੇਰਾ ਹਮੇਸ਼ਾ ਸ਼ੁਰੂ ਤੋਂ ਇਹ ਮੰਨਣਾ ਹੈਗਾ ਕਿ ਜਿਹੜੇ ਜਿਹੜੇ ਸਥਾਨਾਂ 'ਤੇ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਟ੍ਰੇਸਿਸ ਮਿਲੇ ਅਤੇ ਉਹ ਸਥਾਨ ਜਿਹੜੇ ਉਦਾਸੀ ਸੰਪਰਦਾਇ ਦੇ ਡੇਰਿਆਂ ਨੇ ਸੰਭਾਲੇ ਸੀਗੇ, ਸਾਨੂੰ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਸਾਨੂੰ ਕੱਟਰਵਾਦ ਨੂੰ ਥੋੜ੍ਹਾ ਜਿਹਾ ਪਿੱਛੇ ਰੱਖ ਕੇ ਚੱਲਣ ਦੀ ਲੋੜ ਹੈ। ਮੈਂ ਇਸ ਗੱਲ ਨੂੰ ਵੀ ਸਮਝਦਾ ਕਿ ਦੋਨਾਂ ਦੀ ਪੂਜਾ ਪੱਧਤੀ ਵੱਖਰੇ ਹੈ, ਜਿਸ ਕਰਕੇ ਇਹਨਾਂ ਨੇ ਬਹੁਤ ਹੀ ਸਿਆਣਪ ਨਾਲ ਕੰਮ ਲਿੱਤਾ ਕਿ ਇਹਨਾਂ ਨੇ ਆਪਣੀ ਪੂਜਾ ਪੱਧਤੀ ਦੀ ਜਿਹੜੀ ਕਿ ਇੱਥੇ ਚਿਲਮ ਵੀ ਪੀਂਦੇ ਨੇ ਅਤੇ ਹੋਰ ਵੀ ਚੀਜ਼ਾਂ ਜਿਹੜੀਆਂ ਨੇ ਜਿਹੜੀ ਕਿ ਸਾਡੇ ਸਿੱਖ ਸੰਪਰਦਾ ਦੇ ਵਿੱਚ ਅਤੇ ਸਾਡੇ ਸਿੱਖ ਧਰਮ ਦੇ ਵਿੱਚ ਵਰਜਿਤ ਨੇ, ਸੋ ਇਹਨਾਂ ਨੇ ਆਪਣਾ ਸਥਾਨ ਇੱਕ ਅਲੱਗ ਬਣਾਇਆ ਹੈ ਜਿੱਥੇ ਹਲੇ ਵੀ ਆਪਣੀ ਪੂਜਾ ਪੱਧਤੀ ਦੀ ਇਹਨਾਂ ਨੇ ਜਾਰੀ ਰੱਖੀ ਹੈ ਅਤੇ ਉੱਥੇ ਪੂਜਾ ਕਰਦੇ ਨੇ। ਉਦਾਸੀ ਡੇਰੇ ਦੇ ਸ਼ਿਸ਼ ਅਤੇ ਗੁਰੂ ਦੀ ਪਰੰਪਰਾ ਨੂੰ ਮੁੱਖ ਰੱਖਦੇ ਹੋਏ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਐਸਾ ਕੋਈ ਵੀ ਚੀਜ਼ ਨਹੀਂ ਹੈਗੀ ਜਿਹੜੀ ਕਿ ਵਰਜਿਤ ਹੋਵੇ ਅਤੇ ਉੱਥੇ ਉਹਦਾ ਪਾਲਣ ਕੀਤਾ ਜਾਂਦਾ ਹੋਵੇ। ਗੁਰਦੁਆਰਾ ਸਾਹਿਬ ਦੇ ਅੰਦਰ ਪ੍ਰਕਾਸ਼ ਹੁੰਦਾ ਹੈਗਾ, ਜਿਸ ਤਰ੍ਹਾਂ ਆਪਣੇ ਦੇਖਿਆ ਸੁਖਾਸਨ ਹੁੰਦਾ ਹੈ, ਸੁਖਾਸਨ ਦਾ ਕਮਰਾ ਵੱਖਰੇ ਬਣਿਆ ਹੋਇਆ ਹੈਗਾ। ਦੂਸਰੀ ਚੀਜ਼ ਜਿਹੜੀ ਮੈਂ ਆਪ ਜੀ ਨਾਲ ਸਾਂਝ ਕਰਨਾ ਚਾਹੁੰਦਾ ਹਾਂ ਉਹ ਇਹ ਹੈਗੀ ਕਿ ਅਗਰ ਮੇਰੇ ਪਿਓ ਦੀ ਕਿਸੇ ਚੀਜ਼ ਦੀ ਜਾਂ ਮੇਰੇ ਪਿਓ ਦੇ ਸਥਾਨ ਦੀ ਅਗਰ ਕਿਸੇ ਬੰਦੇ ਨੇ ਸੇਵਾ ਸੰਭਾਲ ਕੀਤੀ ਹੋਵੇ ਅਤੇ ਜਦ ਮੈਨੂੰ ਉਹਦੀ ਸੋਝੀ ਪਵੇ ਕਿ ਇਹ ਪਿਓ ਦਾ ਮੇਰੇ ਸਥਾਨ ਸੀਗਾ ਅਤੇ ਮੈਂ ਜਾ ਕੇ ਉੱਥੇ ਉਸਦੇ ਕਾਬਜ਼ ਹੋ ਜਾਵਾਂ, ਉਹ ਗਲਤ ਗੱਲ ਹੈ। ਜਿਹੜੇ ਸਥਾਨਾਂ ਦੀ ਬਾਬਾ ਸ਼੍ਰੀ ਚੰਦ ਜੀ ਦੇ ਡੇਰਿਆਂ ਨੇ ਸੰਭਾਲ ਕੀਤੀ, ਸਾਨੂੰ ਲੋੜ ਹੈ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ।
ਜੇ ਉਸ ਸਥਾਨ 'ਤੇ ਗੁਰਦੁਆਰਾ ਸਾਹਿਬ ਬਣ ਰਹੇ ਨੇ ਤਾਂ ਸਾਨੂੰ ਲੋੜ ਹੈ ਕਿ ਉਹਨਾਂ ਨੂੰ ਵੀ ਉਸ ਕਮੇਟੀ ਦਾ ਮੈਂਬਰ ਬਣਾਉਣ ਦੀ ਅਤੇ ਉਹਨਾਂ ਨੂੰ ਪੂਰਾ ਉਚਿਤ ਸਨਮਾਨ ਦੇਣ ਦੀ, ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਰੀ ਜ਼ਿੰਦਗੀ ਉਹਨਾਂ ਨੇ ਇਸ ਸਥਾਨ ਦੀ ਸੇਵਾ ਸੰਭਾਲ ਕੀਤੀ ਅਤੇ ਖਾਲੀ ਪੂਜਾ ਪੱਧਤੀ ਵੱਖਰੇ ਹੋਣ ਕਰਕੇ ਅਤੇ ਸਾਡੀ ਮਰਿਆਦਾ ਵੱਖਰੀ ਹੋਣ ਕਰਕੇ ਅੱਜ ਅਸੀਂ ਉਹਨਾਂ ਨੂੰ ਦੁੱਧ 'ਚੋਂ ਮੱਖੀ ਦੀ ਤਰ੍ਹਾਂ ਬਾਹਰ ਕੱਢ ਕੇ ਸੁੱਟ ਦਿੱਤਾ। ਲੋੜ ਹੈਗੀ ਉਹਨਾਂ ਨੂੰ ਗਲੇ ਨਾਲ ਲਗਾ ਕੇ ਰੱਖਣ ਦੀ, ਲੋੜ ਹੈਗੀ ਉਹਨਾਂ ਨੂੰ ਉਸ ਕਮੇਟੀ ਦਾ ਹਿੱਸਾ ਬਣਾਉਣ ਦੀ, ਤਾਂ ਕਿ ਜੋ ਪੈਗਾਮ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗਏ ਨੇ ਉਹ ਅਸੀਂ ਅਮਲ 'ਚ ਲਿਆਈਏ। ਅੱਜ ਦੇ ਐਪੀਸੋਡ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਲਖਪਤ ਸਾਹਿਬ, ਨਾਲ ਹੀ ਆਪ ਜੀ ਨੇ ਦੇਖਿਆ ਲਖਪਤ ਦਾ ਪੁਰਾਣਾ ਕਿਲ੍ਹਾ, ਪੁਰਾਣੇ ਘਰ, ਅਤੇ ਨਾਲ ਦਰਸ਼ਨ ਕੀਤੇ ਗੁਰੂ ਨਾਨਕ ਦੇਵ ਜੀ ਦੀ ਖੜਾਵਾਂ ਦੇ। ਖੜਾਵਾਂ ਤੋਂ ਮੈਨੂੰ ਯਾਦ ਆਇਆ, ਬਹੁਤ ਸਾਰੇ ਲੋਕ ਖੜਾਵਾਂ ਦੇ ਬਾਰੇ ਵਿੱਚ ਕਿੰਤੂ ਪਰੰਤੂ ਕਰਦੇ ਨੇ। ਲੋਕਾਂ ਦਾ ਇਹ ਆਖਣਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲੋਂ ਕਿੰਨੀ ਸਾਰੀ ਖੜਾਵਾਂ ਸੀਗੀਆਂ ਜਿਹੜੀਆਂ ਕਿ ਉਹਨਾਂ ਨੇ ਕਾਫੀ ਸਾਰੇ ਸਥਾਨਾਂ 'ਤੇ ਦਿੱਤੀਆਂ। ਮੈਨੂੰ ਤਾਂ ਇਸ ਸਵਾਲ ਦਾ ਜਵਾਬ ਨਹੀਂ ਪਤਾ ਸੀਗਾ, ਲੇਕਿਨ ਇੱਕ ਸਿਆਣੇ ਬੰਦੇ ਨੇ ਇੱਕ ਸਿਆਣੀ ਗੱਲ ਕੀਤੀ ਅਤੇ ਉਹਨੇ ਇਹ ਦੱਸਿਆ ਕਿ ਪੁਰਾਤਨ ਸਮੇਂ ਵਿੱਚ ਜਿਸ ਵਕਤ ਐਸੇ ਕੋਈ ਸੰਤ ਮਹਾਤਮਾ ਸਾਧੂ ਜਾਂ ਪੂਜਨੀ ਲੋਕ ਯਾਤਰਾ 'ਤੇ ਜਾਂਦੇ ਸੀ ਅਤੇ ਕਿਸੇ ਦੇ ਘਰ ਠਹਿਰਦੇ ਸੀ ਅਤੇ ਲੋਕ ਉਹਨਾਂ ਨੂੰ ਬੇਨਤੀ ਕਰਦੇ ਸੀ ਕਿ ਆਪਣੀ ਯਾਦ ਸਰੂਪ ਕੋਈ ਨਾ ਕੋਈ ਵਸਤੂ ਸਾਨੂੰ ਆਪ ਜੀ ਦੇ ਜਾਓ ਤਾਂ ਕਿ ਅਸੀਂ ਆਪਣੀ ਯਾਦਾਂ ਵਿੱਚ ਉਹਨੂੰ ਸੰਜੋ ਕੇ ਰੱਖੀਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਵੀ ਲੋਕਾਂ ਨੇ ਉਹ ਚਰਨ ਛੋਹ ਪ੍ਰਾਪਤ ਜਿਹੜੇ ਉਹਨਾਂ ਦੇ ਖੜਾਓ ਸੀ ਉਹ ਮੰਗੇ ਹੋਣਗੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਨਾਲ ਹੀ ਐਸਾ ਵੀ ਆਖਣਾ ਹੈ ਕਿ ਲੋਕ ਉਪਹਾਰ ਸਰੂਪ ਉਹਨਾਂ ਨੂੰ ਕੁਛ ਨਾ ਕੁਛ ਵਸਤੂ ਭੇਂਟ ਵਿੱਚ ਵੀ ਦਿੰਦੇ ਸੀ। ਜਿਸ ਸਿਆਣੇ ਬੰਦੇ ਨੇ ਮੈਨੂੰ ਇਹ ਗੱਲ ਦੱਸੀ, ਉਹਨਾਂ ਨੇ ਇਹ ਗੱਲ ਦੱਸੀ ਕਿ ਅਗਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਚਰਨ ਪਾਦਕਾਵਾਂ ਜਾਂ ਖੜਾਵਾਂ ਉਹਨਾਂ ਨੂੰ ਦਿੱਤੀਆਂ ਆਪਣੀ ਯਾਦ ਦੇ ਸਰੂਪ, ਤਾਂ ਉਹ ਉਹਨਾਂ ਨੂੰ ਨੰਗੇ ਪੈਰ 'ਤੇ ਤੋਰਨਗੇ ਨਹੀਂ, ਅਤੇ ਜ਼ਰੂਰੀ ਗੱਲ ਹੈ ਕਿ ਉਹਨਾਂ ਨੇ ਉਹਦੇ ਬਦਲੇ ਉਹਨਾਂ ਨੂੰ ਨਵੀਆਂ ਖੜਾਵਾਂ ਦਿੱਤੀਆਂ ਹੋਣਗੀਆਂ। ਇੱਕ ਲੌਜਿਕ ਹੈ ਅਤੇ ਸਮਝ ਵੀ ਆਉਂਦਾ ਹੈ। ਅੱਜ ਦਾ ਐਪੀਸੋਡ ਗੁਜਰਾਤ ਦਾ ਪਹਿਲਾ ਐਪੀਸੋਡ ਸੀ, ਕੱਲ੍ਹ ਇੱਕ ਨਵੇਂ ਐਪੀਸੋਡ ਵਿੱਚ ਜਿਹੜਾ ਕਿ ਗੁਜਰਾਤ ਦਾ ਹੀ ਹੋਏਗਾ ਆਪ ਜੀ ਦੇ ਫਿਰ ਦਰਸ਼ਨ ਕਰਾਂਗੇ। ਨਾਲ ਆਪ ਜੀ ਨੂੰ ਦਿਖਾਵਾਂਗੇ ਇੱਕ ਹੋਰ ਰੋਚਕ ਅਤੇ ਇਤਿਹਾਸਿਕ ਸਥਾਨ ਜਿਹੜਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਹੋਏਗਾ। ਤਦ ਤੱਕ ਤੁਸੀਂ ਆਪਣਾ ਪਿਆਰ ਇਸ ਤਰ੍ਹਾਂ ਬਣਾਈ ਰੱਖੋ ਅਤੇ ਦੇਖਦੇ ਰਹੋ ਟਰਬਨ ਟਰੈਵਲਰ ਦੀ ਸਪਿਰਚੁਅਲ ਜਰਨੀ ਔਨ PDC ਨੈਟਵਰਕ। ਮੇਰੀ ਬਾਂ ਕਾ ਛੱਡੀ ਨਾ ਕਦੇ, ਮੇਰੀ ਬਾਂ ਬਾਬਾ ਨਾਨਕਾ। ਬਾਣੀ ਵਿੱਚ ਤੇਰੀ ਅਨਹਦ ਨਾਦ ਬਾਬਾ, ਵਸਦਾ ਬਾਣੀ ਵਿੱਚ ਤੇਰੀ ਅਨਹਦ ਨਾਦ ਬਾਬਾ, ਚਰਣਾਂ 'ਚ ਰੱਖੀ ਸਦਾ ਇਹੋ ਫਰਿਆਦ ਬਾਬਾ।